ਜੇ ਗੱਲ ਕਰੀਏ ਬਰਨਾਲਾ ਵਿੱਚ ਤੁਸੀਂ ਅੱਜ ਮੰਗ ਪੱਤਰ ਦਿੱਤਾ, ਇਹ ਕਿਸ ਲੈਵਲ ਤੇ ਮੰਗ ਪੱਤਰ ਦਿੱਤਾ ਤੇ ਕੀ ਗੱਲਾਂ ਲੈ ਕੀਤਾ ਗਿਆ ਜੀ? ਦੇਖੋ ਜੀ, ਅੱਜ ਮੇਰੇ ਨਾਲ ਜਿਹੜੇ ਗੁਰਪਾਲ ਮਾਨ ਜੀ, ਜਿਹੜੀ LPG ਜਿਹੜੇ ਆ ਡਿਸਟ੍ਰੀਬਿਊਟਰ ਆ, ਉਹਨਾਂ ਦੀ ਪੰਜਾਬ ਦੀ ਜਿਹੜੀ ਫੈਡਰੇਸ਼ਨ ਆ ਉਹਦੇ ਪ੍ਰਧਾਨ ਨੇ। ਸੋ ਸਮੁੱਚੇ ਜਿਹੜੇ ਬਰਨਾਲੇ ਦੇ ਜਿਹਨਾਂ ਦੀਆਂ ਗੈਸ ਏਜੰਸੀਜ਼ ਆ, ਉਹ ਸਾਡੇ ਜਿਹੜੇ ਸਾਥੀ, ਉਹਨਾਂ ਦੇ ਨਾਲ ਅੱਜ ਮੈਂ ਇੱਥੇ DC ਦਫ਼ਤਰ ਵਿਖੇ ਪਹੁੰਚਿਆ। ਕਿਉਂਕਿ ਜਿਹੜਾ ਸਾਡੇ ਅੱਜ ਹਿੰਦੁਸਤਾਨ ਦੇ ਵਿੱਚ ਸਿਸਟਮ ਚੱਲ ਰਿਹਾ ਕਿ ਸਾਡੀਆਂ ਜਿਹੜੀਆਂ ਨੀਤੀਆਂ ਨੇ ਉਹ ਕਿਸੇ ਵੀ ਡਿਪਾਰਟਮੈਂਟ ਦੀਆਂ ਹੋਣ, ਕਿਸੇ ਵੀ ਤਬਕੇ ਨਾਲ ਸੰਬੰਧ ਰੱਖਦੀਆਂ ਹੋਣ, ਉਹ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਤੈਅ ਕਰਦੇ ਆ। ਉਸੇ ਤਹਿਤ ਹੁਣ ਜਿਹੜਾ ਸਾਡੇ ਪਹਿਲਾਂ ਲੰਬੇ ਸਮੇਂ ਤੋਂ ਇੱਕ ਸਿਸਟਮ ਚੱਲਿਆ ਆਉਂਦਾ ਕਿ ਜਿਹੜਾ ਅਸੀਂ ਗੈਸ ਹੈ, ਜਿਹੜਾ ਸਿਲੰਡਰ ਹੈ, ਉਹ ਏਜੰਸੀਆਂ ਜਿਹੜੀਆਂ ਉਹ ਸਾਨੂੰ ਪ੍ਰੋਵਾਈਡ ਕਰਵਾਉਂਦੀਆਂ, ਉਹਦੇ ਨਾਲ ਲੱਖਾਂ ਲੋਕਾਂ ਦਾ ਜਿਹੜਾ ਰੁਜ਼ਗਾਰ ਵੀ ਜੁੜਿਆ ਹੋਇਆ ਹੈਗਾ। ਅਤੇ ਇਸ ਨੂੰ ਤਹਿਸ ਨਹਿਸ ਕਰਨ ਲਈ ਜਿਵੇਂ ਪਹਿਲਾਂ ਜੀਓ ਇੱਥੇ ਆਇਆ ਸੀ, ਉਹਨਾਂ ਨੇ ਆ ਕੇ ਜਿਹੜਾ ਮੁਫਤ ਲੋਕਾਂ ਨੂੰ ਜਿਹੜੇ ਆ ਸਿਮ ਦਿੱਤੇ, ਅਤੇ ਉਹਦੇ ਨਾਲ ਜਿਹੜੇ ਉਹਦੇ ਕੰਪੀਟੀਟਰ ਸੀਗੇ ਉਹ ਘਰਾਂ 'ਚ ਬੈਠ ਗਏ, ਜਾਂ ਕਹਿ ਲਓ ਉਹਨਾਂ ਦਾ ਜਿਹੜਾ ਸਿਸਟਮ ਸੀ ਉਹ ਬਰਬਾਦ ਹੋ ਗਿਆ। ਫਿਰ ਜੀਓ ਅੱਜ ਆਇਆ ਰੇਟ ਆ ਜਿਹੜਾ ਉਹ ਲਾ ਰਿਹਾ। ਉਵੇਂ ਜਿਹੜੇ ਕਿਸਾਨ ਜਥੇਬੰਦੀਆਂ ਨੇ ਅੱਜ ਜਿਹੜੀਆਂ ਲੜਾਈ ਲੜ ਰਹੀਆਂ ਵੀ ਭਾਈ ਇੱਥੇ ਜਿਹੜੇ ਪ੍ਰਾਈਵੇਟ ਘਰਾਣੇ ਵੱਡੇ, ਜਿਹੜੇ ਅੰਬਾਨੀ ਅਡਾਨੀ ਹੈ, ਜਿਨ੍ਹਾਂ ਦੇ ਹੱਥਾਂ 'ਚ ਅੱਜ ਮੋਦੀ ਦੀ ਸਰਕਾਰ ਚੱਲਦੀ ਹੈ, ਵੀ ਉਹ ਪੰਜਾਬ 'ਚ ਕਿਤੇ ਆ ਨਾ ਜਾਣ, ਜਿਹਦੇ ਨਾਲ ਸਾਡਾ ਸਰਕਾਰੀ ਜਿਹੜੀ ਮੰਡੀ ਹੈ ਉਹ ਜਿਹੜਾ ਸਿਸਟਮ ਹੈ ਤਬਾਹ ਨਾ ਹੋ ਜਾਵੇ। ਸੋ ਉਸੇ ਮਾਡਲ 'ਤੇ ਚੱਲਦੇ ਹੋਏ ਸਰਕਾਰ ਅੱਜ ਜਿਹੜੀ ਇੱਕ ਪਾਈਪਲਾਈਨ, ਜਿਹੜੀ ਗੈਸ ਪਾਈਪਲਾਈਨ ਜਿਹੜੀ ਹੈ ਉਹ ਸਾਰੇ ਪੰਜਾਬ ਦੇ ਵਿੱਚ ਵਿਛਾਈ ਜਾ ਰਹੀ ਹੈ। ਉਹਦਾ ਰੇਟ ਵੀ ਮੌਜੂਦਾ ਜਿਹੜਾ ਗੈਸ ਦਾ ਰੇਟ ਹੈ ਉਦੋਂ ਘੱਟ ਰੱਖਿਆ ਜਾ ਰਿਹਾ, ਕਿਉਂਕਿ ਇਹਦਾ ਕਾਰਨ ਇੱਕੋ ਹੈ। ਜਦੋਂ ਹੁਣ ਹਰੇਕ ਬੰਦਾ ਅਗਲਾ ਕਹੂਗਾ ਵੀ ਭਾਈ ਗੈਸ ਵੀ ਸਸਤੀ ਹੈ, ਅਤੇ ਜਿਹੜਾ ਭਰਾਉਣ ਦਾ ਝੰਡਟ ਵੀ ਮੁੱਕ ਜੂਗਾ ਵੀ ਆਪਾਂ ਸਾਰੇ ਜਿਹੜੀ ਹੈ ਪਾਈਪਲਾਈਨ ਹੈ ਉਹ ਪਵਾ ਲੈਂਦੇ ਹਾਂ। ਪਰ ਜਦੋਂ ਇੱਕ ਵਾਰ ਸਾਰਿਆਂ ਨੇ ਪਵਾ ਲਈ ਤਾਂ ਜਿੰਨੇ ਆ ਸਾਡੇ ਭਰਾ ਖੜੇ ਆ, ਇਹਨਾਂ ਨਾਲ ਜਿਹੜੇ ਹੋਰ ਲੱਖਾਂ ਲੋਕ ਜੁੜੇ ਹੋਏ ਹੈਗੇ, ਇਹਨਾਂ ਨੂੰ ਹੁਣ ਜਦੋਂ ਲੌਸ ਹੋਣ ਲੱਗ ਗਿਆ ਆਪਦੇ ਆਪ ਹੈ, ਇਹ ਆਪਦੀਆਂ ਜਿਹੜੀਆਂ ਏਜੰਸੀਆਂ ਬੰਦ ਕਰਕੇ ਘਰੇ ਬੈਠ ਜਾਣਗੇ। ਅਤੇ ਜਦੋਂ ਉਹਨਾਂ ਦਾ ਕੰਪੀਟੀਸ਼ਨ ਖਤਮ ਹੋ ਗਿਆ ਤਾਂ ਜਿਵੇਂ ਜੀਓ ਸਿਮ ਨੇ ਕੀਤਾ, ਤਾਂ ਜਿਵੇਂ ਹੋਰ ਜਿਹੜੇ ਪ੍ਰਾਈਵੇਟ ਅਦਾਰੇ ਜਿੰਨੇ ਵੀ ਇਸ ਤਰ੍ਹਾਂ ਫੀਲਡ 'ਚ ਆਇਆ ਜਿਵੇਂ ਉਹ ਕਰਦੇ ਆ, ਉਸੇ ਤਰ੍ਹਾਂ ਫਿਰ ਆਇਆ ਰੇਟ ਜਿਹੜਾ ਮਣਾਈਆਂ ਕਰਨਗੇ ਜਦੋਂ ਉਹਨਾਂ ਦਾ ਜਿਹੜਾ ਕੰਪੀਟੀਸ਼ਨ ਖਤਮ ਹੋ ਗਿਆ। ਅਤੇ ਪੰਜਾਬ ਦੇ ਲੋਕਾਂ ਨੂੰ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਸਾਰਿਆਂ ਨੂੰ ਇੱਕ ਕੰਪਨੀ ਜਾਂ ਜਿਹੜੇ ਕੋਈ ਵੱਡੇ ਘਰਾਣੇ ਆ ਉਹਨਾਂ ਦੇ ਅਧੀਨ ਹੋ ਕੇ ਜਿਹੜਾ ਉਹਨਾਂ ਦਾ ਮਨ ਕਰਿਆ ਕਰੂ ਰੇਟ ਦਾ ਉਸੇ ਰੇਟ 'ਤੇ ਜਿਹੜੀ ਗੈਸ ਹੈ ਉਹ ਲੈਣੀ ਪਊਗੀ। ਸੋ ਇਸੇ ਕਰਕੇ ਅੱਜ ਅਸੀਂ DC ਸਾਹਿਬ ਨੂੰ ਮਿਲਿਆ ਕਿ ਜਿਹੜੀ ਇਹ ਪੰਜਾਬ ਦੇ ਲੋਕਾਂ ਨੂੰ, ਹਿੰਦੁਸਤਾਨ ਦੇ ਲੋਕਾਂ ਨੂੰ ਜਿਹੜੀ ਲੁੱਟਣ ਦੀ ਨਵੀਂ ਸਕੀਮ ਜਿਹੜੇ ਮੋਦੀ ਦੇ ਸਾਥੀ ਅਡਾਨੀ ਗਰੁੱਪ ਵਰਗੇ ਲੋਕ ਜਿਹੜੇ ਆ ਘੜ ਰਹੇ ਆ, ਇਹਦਾ ਅਸੀਂ ਪੰਜਾਬ ਦੇ ਵਿੱਚ ਵਿਰੋਧ ਕਰਾਂਗੇ। ਅਤੇ ਇਹ ਲੋਕਾਂ ਦੀ ਭਾਵਨਾ ਵੀ ਆ, ਅਤੇ ਸਾਰੀ ਇਹ ਯੂਨੀਅਨ ਨੇ ਜਿਹੜੇ ਮੰਗ ਵੀ ਕੀਤੀ ਹੈ ਕਿ ਸਰਕਾਰ ਵੀ ਇਹਦੇ 'ਤੇ ਕੋਈ ਐਕਸ਼ਨ ਲਵੇ। ਜਿਹੜੀ ਇਹ ਪਾਈਪਲਾਈਨ ਪੈ ਰਹੀ ਹੈ ਇਹਦੇ ਨਾਲ ਜਿਹੜਾ ਪੰਜਾਬ 'ਚ ਲੱਖਾਂ ਲੋਕਾਂ ਦਾ ਰੁਜ਼ਗਾਰ ਚਲਾ ਜਾਊਗਾ, ਅਤੇ ਪੰਜਾਬ ਨੂੰ ਵੀ ਜਿਹੜਾ ਰੈਵਨਿਊ ਲੌਸ ਵੀ ਤਕਰੀਬਨ ਜਿਹੜਾ ਸਾਥੀਆਂ ਨੇ ਦੱਸਿਆ ਕਿ 380 ਕਰੋੜ ਰੁਪਏ ਦਾ ਜਿਹੜਾ ਹੋਊਗਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਕਿਉਂਕਿ ਸਾਰੇ ਜਿਹੜੇ ਅੱਜ ਪੰਜਾਬ ਦੇ ਚਾਹੇ ਕਿਸਾਨ ਨੇ ਚਾਹੇ ਕੋਈ ਹੋਰ ਲੋਕ ਨੇ, ਛੋਟੇ ਵਪਾਰੀ ਨੇ, ਸਾਰੇ ਹੀ ਆ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਵਿਰੁੱਧ ਇਕੱਠੇ ਹੋਏ ਹੋਏ ਆ, ਸਾਰੇ ਹੀ ਉਹਨਾਂ ਵਿਰੁੱਧ ਲੜਾਈ ਲੜ ਰਹੇ ਆ, ਕਿਉਂਕਿ ਉਹ ਸਾਰੇ ਜਿਹੜੇ ਪੰਜਾਬ ਦੇ ਅਰਥ ਵਿਵਸਥਾ ਨੂੰ, ਲੋਕਾਂ ਦੀ ਜਿਹੜੀ ਰੋਜ਼ੀ ਰੋਟੀ ਹੈ ਉਹਨੂੰ ਬਰਬਾਦ ਕਰਨ 'ਤੇ ਲੱਗੇ ਹੋਏ ਆ। ਸੋ ਇਸੇ ਮੰਗ ਨੂੰ ਲੈ ਕੇ ਅੱਜ ਅਸੀਂ DC ਸਾਹਿਬ ਨੂੰ ਜਿਹੜਾ ਮੰਗ ਪੱਤਰ ਆ, ਮੈਨੂੰ ਜੀ ਲੱਗਦਾ ਨਹੀਂ ਕਿ ਪਾਸੇ ਪਾਣੀ ਦਾ ਸੰਕਟ ਪੂਰੇ ਪੰਜਾਬ ਭਰ ਵਿੱਚ ਲਗਾਤਾਰ ਜਾਰੀ ਹੈ, ਅਤੇ ਇੱਕ ਪਾਸੇ ਕਿੱਥੇ ਸਰਕਾਰ ਨੂੰ ਚਾਹੀਦਾ ਗੈਸ ਤੋਂ ਪਹਿਲਾਂ ਪਾਣੀ ਦੀ ਨਹਿਰਾਂ ਤੋਂ ਪਾਣੀ ਦੀ ਸਪਲਾਈ ਦਿੱਤੀ ਜਾਵੇ ਸ਼ਹਿਰਾਂ 'ਚ ਜਿਹੜੀ ਜ਼ਰੂਰੀ ਹੈ। ਦੇਖੋ ਜੀ, ਮੈਨੂੰ ਤਾਂ ਲੱਗਦਾ ਨਹੀਂ ਕਿ ਪੰਜਾਬ 'ਚ ਸਰਕਾਰ ਨਾਮ ਦੀ ਕੋਈ ਚੀਜ਼ ਹੈ। ਸਾਰੇ ਪਾਸੇ ਜਿਹੜੇ ਲੋਕ ਨੇ ਉਹ ਤਰ੍ਹਾਂ ਤਰ੍ਹਾਂ ਕਰ ਰਹੇ ਆ, ਕੋਈ ਟਾਵਰ 'ਤੇ ਚੜਿਆ ਬੈਠਾ, ਕੋਈ ਨਹਿਰਾਂ 'ਚ ਛਾਲ ਮਾਰ ਰਿਹਾ, ਕੋਈ ਸਲਫਾਸ ਦੀਆਂ ਗੋਲੀਆਂ ਖਾ ਰਿਹਾ, ਕੋਈ ਬਿਲਡਿੰਗਾਂ 'ਤੇ ਚੜੇ ਬੈਠੇ ਆ। ਅੱਜ ਮੈਨੂੰ ਦੱਸੋ ਕਿ ਕਿਹੜਾ ਜਿਹੜਾ ਤਬਕਾ ਉਹ ਧਰਨੇ 'ਤੇ ਨਹੀਂ, ਨੌਕਰੀਆਂ ਲੈ ਲੈਣੀ ਤਾਂ ਧਰਨੇ ਲਾਉਂਦੇ ਹੀ ਲਾਉਂਦੇ ਸੀ, ਹੁਣ ਲੋਕ ਪਾਣੀ ਪੀਣ ਵਾਲੇ ਪਾਣੀ ਪਿੱਛੇ ਧਰਨਾ ਲਾ ਰਹੇ ਆ। ਬੜੀ ਬੇਸ਼ਰਮੀ ਦੀ ਗੱਲ ਹੈ ਕਿ ਲੋਕਾਂ ਨੂੰ ਬਿਜਲੀ ਲੈਣ ਪਿੱਛੇ ਵੀ, ਪੰਜਾਬ ਪੂਰੇ ਹਿੰਦੁਸਤਾਨ 'ਚ ਇੱਕੋ ਇੱਕ ਸੂਬਾ ਜਿਹੜਾ ਸਭ ਤੋਂ ਮਹਿੰਗੀ ਬਿਜਲੀ ਲੈ ਰਿਹਾ, ਸਾਰੇ ਦੇਸ਼ 'ਚ ਸੰਵਿਧਾਨ ਇੱਕ ਹੈ, ਸਾਰੇ ਦੇਸ਼ 'ਚ ਕਾਨੂੰਨ ਇੱਕ ਹੈ। ਹਰਿਆਣੇ ਵਾਲੂ ਬਿਜਲੀ ਸਸਤੀ ਹੈ, ਚਲੋ ਦਿੱਲੀ ਵਾਲ ਤਾਂ ਅਸੀਂ ਮੁਫਤੀ ਦੇ ਰਹੇ ਹਾਂ, ਰਾਜਸਥਾਨ ਵਾਲੂ ਸਸਤੀ ਹੈ, ਸਾਡੇ ਕੋਲ ਸਭ ਤੋਂ ਮਹਿੰਗੀ। ਅਤੇ ਮਹਿੰਗੀ ਦੇ ਬਾਵਜੂਦ ਅੱਜ ਸਾਨੂੰ ਜਿਹੜੀ 24 ਘੰਟੇ ਬਿਜਲੀ ਨਹੀਂ ਮਿਲ ਰਹੀ, ਲੋਕ ਚੀਕਾਂ ਮਾਰਦੇ, 8-8 ਘੰਟੇ ਦੇ ਕੱਟ ਲੱਗਦੇ ਆ। ਕਿਸਾਨ ਵਿਚਾਰੇ ਤਾਂ ਇੱਕ ਪਾਸਾ ਮੋਦੀ ਵਿਰੁੱਧ ਲੜਾਈ ਲੜ ਰਹੇ ਆ, 400 ਕਿਸਾਨ ਆ ਜਿਹੜਾ ਉੱਥੇ ਜਾਨਾਂ ਗਵਾ ਚੁੱਕਿਆ, ਇੱਕ ਪਾਸੇ ਪੰਜਾਬ ਸਰਕਾਰ ਤੋਂ ਵੀ ਬਿਜਲੀ ਲੈਣ ਦੇ ਲਈ ਅੱਜ ਜਿਹੜੇ ਕਿਸਾਨ ਹੈ ਉਹਨਾਂ ਨੂੰ ਧਰਨੇ ਲਾਉਣੇ ਪੈ ਰਹੇ ਆ। ਸੋ ਜਿਹੜਾ ਵੀ ਕੋਈ ਹੱਲ ਹੈ ਇਹ ਸਰਕਾਰਾਂ ਨੇ ਕਰਨੇ ਹੁੰਦੇ ਆ। ਸਰਕਾਰਾਂ ਹੱਲ ਤਾਂ ਕਰਨਗੀਆਂ ਜੇ ਹੱਲਾਂ ਦਾ, ਜੇ ਇਮਾਨਦਾਰੀ ਨਾਲ ਕੋਈ ਹੱਲ ਕੱਢਣ ਦਾ ਕੋਸ਼ਿਸ਼ ਕਰਨਗੀਆਂ, ਉਹ ਫਾਰਮ ਹਾਊਸ 'ਚ ਬੈਠ ਕੇ ਨਿਕਲੇ ਸਿਸਟਮਾਂ 'ਚ, ਉਹਦੇ ਲਈ ਲੋਕਾਂ 'ਚ ਆਉਣਾ ਪਊਗਾ, ਉਹਦੇ ਲਈ ਸਖਤੀ ਕਰਨੀ ਪਊਗੀ, ਉਹਦੇ ਲਈ ਇਮਾਨਦਾਰੀ ਦਿਖਾਉਣੀ ਪਊਗੀ। ਅਤੇ ਜਿਹੜੇ ਇੱਦਾਂ ਦੇ ਅਦਾਰੇ ਜਿਹੜੇ 3 ਪ੍ਰਾਈਵੇਟ ਥਰਮਲ ਲੁੱਟਣ 'ਤੇ ਲੱਗੇ ਹੋਏ ਆ, ਜਾਂ ਜਿਹੜੇ ਕੋਈ ਹੋਰ ਆ ਨਵੇਂ ਗੈਸਾਂ ਵਾਲੇ ਆਉਣੇ ਚਾਹੁੰਦੇ ਆ ਪਾਈਪਲਾਈਨ ਵਾਲੇ, ਇੱਦਾਂ ਦੇ ਲੋਕਾਂ 'ਤੇ ਜਿਹੜੀ ਕਾਰਵਾਈ ਸਖਤ ਕਰਨੀ ਪਊਗੀ। ਜੇ ਕਮਿਸ਼ਨ ਲੈ ਲੈ ਕੇ ਇਹਨਾਂ ਤੋਂ
ਜਿਹੜੇ ਲੋਕਾਂ ਨੂੰ ਅਸੀਂ ਚੁਣਦੇ ਹਾਂ ਜੇ ਉਹੀ ਕਮਿਸ਼ਨ ਲੈ ਲੈ ਕੇ ਚਾਹੇ ਥਰਮਲ ਵਾਲੇ ਹੋਣ ਚਾਹੇ ਪਾਈਪਲਾਈਨ ਵਾਲੇ ਹੋਣ ਜੇ ਉਹਨਾਂ ਦੇ ਨਾਲ ਰਲਣਾ ਫਿਰ ਤਾਂ ਪੰਜਾਬ ਪਹਿਲਾਂ ਵੀ ਰੱਬ ਆਸਰੇ ਚੱਲਦਾ ਸੀ ਹੁਣ ਵੀ ਰੱਬ ਆਸਰੇ ਚੱਲੀ ਕਰ ਰਿਹਾ। ਕੀ ਨਾਮ ਜੀ? ਗੁਰਪਾਲ ਸਿੰਘ ਮਾਨ, ਪ੍ਰੈਜੀਡੈਂਟ ਫੈਡਰੇਸ਼ਨ ਆਫ ਐਲ ਪੀ ਜੀ ਡਿਸਟ੍ਰੀਬਿਊਟਰ ਪੰਜਾਬ। ਗੁਰਪਾਲ ਸਿੰਘ ਜੀ, ਕਹਿਣਾ ਚਾਹੁੰਗੇ ਜਿਹੜੇ ਅੱਜ ਮੰਗ ਪੱਤਰ ਦਿੱਤਾ ਜੀ, ਕਿੰਨੀ ਕੁ ਦਿੱਕਤਾਂ ਆਉਣਗੀਆਂ ਇਸ ਗੈਸ ਪਾਈਪਲਾਈਨ ਨੇ? ਡੈਫੀਨੇਟਲੀ ਜੀ, ਇਹਦੇ ਨਾਲ ਪੰਜਾਬ ਦਾ 5 ਲੱਖ ਪਰਿਵਾਰ ਆ ਜਿਹੜਾ, ਜਿਹਨਾਂ ਦਾ ਰੁਜ਼ਗਾਰ ਜੁੜਿਆ ਹੋਇਆ, ਉਹਨੂੰ ਕਾਰਪੋਰੇਟ ਘਰਾਣੇ ਅਡਾਨੀ, ਥਿੰਕ ਗੈਸ, ਅੰਬਾਨੀ, ਇਹ ਜਿਹੜੇ ਨੇ ਉਹ ਲੁੱਟਣ 'ਤੇ ਲੱਗੇ ਹੋਏ ਨੇ। ਉਹਦੇ ਵਾਸਤੇ ਅੱਜ ਅਸੀਂ MLA ਲੈਜਿਸਲੇਟਿਵ ਮੈਂਬਰ ਮੀਤ ਹੇਅਰ ਜੀ ਨੂੰ ਨਾਲ ਲੈ ਕੇ DC ਸਾਹਿਬ ਨੂੰ ਮੰਗ ਪੱਤਰ ਦਿੱਤਾ, ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੀ ਦੇ ਰਹੇ ਹਾਂ। ਮੇਨਲੀ ਗੱਲ ਇਹ ਹੈ ਕਿ ਜਿਸ ਵੇਲੇ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਖੜ੍ਹ ਕੇ ਪੰਜਾਬ ਬਚਾਉਣ ਦੀ, ਖੇਤੀ ਬਚਾਉਣ ਦੀ ਲੜਾਈ ਲੜ ਰਿਹਾ, ਜਵਾਨੀ ਬਚਾਉਣ ਦੀ ਲੜਾਈ ਲੜ ਰਿਹਾ, ਕਿਸਾਨੀ ਬਚਾਉਣ ਦੀ ਲੜਾਈ ਲੜ ਰਿਹਾ, ਉਸੇ ਵੇਲੇ ਪੰਜਾਬ ਦੇ ਅੰਦਰ ਚੋਰ ਮੋਰੀ ਰਾਹੀਂ ਪੰਜਾਬ ਨੂੰ ਘਾਤ ਲਾ ਕੇ ਜਿਹੜੇ ਪੰਜਾਬ ਦੇ ਕਾਰਗਲ ਸ਼ਹੀਦਾਂ ਦੇ ਪਰਿਵਾਰ, ਫਰੀਡਮ ਫਾਈਟਰ, ਜਿਨ੍ਹਾਂ ਲੋਕਾਂ ਨੂੰ ਗੈਸ ਸੰਸਥੀਆਂ ਦਿੱਤੀਆਂ ਹੋਈਆਂ ਨੇ, ਉਹਨਾਂ ਦੇ ਰੁਜ਼ਗਾਰ ਦੇ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਹਦੇ ਵਾਸਤੇ ਅੱਜ ਅਸੀਂ ਸਾਰੇ ਬਰਨਾਲਾ ਦੇ ਆਸ ਪਾਸ ਦੇ ਡਿਸਟ੍ਰੀਬਿਊਟਰ, ਸਮੂਹ ਡਿਸਟ੍ਰੀਬਿਊਟਰ ਇਕੱਠੇ ਹੋਏ ਹਾਂ। ਅਸੀਂ ਇਹ ਗੱਲ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਣ ਵਾਸਤੇ ਮੰਗ ਪੱਤਰ ਦਿੱਤਾ ਹੈ, ਅਤੇ ਅਸੀਂ ਇਹਦੇ ਵਾਸਤੇ ਪੂਰੇ ਲਾਮਬੰਦ ਹਾਂ, ਔਰ ਇਹਦੇ ਵਾਸਤੇ 5 ਲੱਖ ਪਰਿਵਾਰ ਸੜਕਾਂ 'ਤੇ ਉਤਰਨ ਵਾਸਤੇ ਮਜਬੂਰ ਹੋਊਗਾ, ਉਹਦੀ ਜ਼ਿੰਮੇਵਾਰੀ ਸਾਰੀ ਸਰਕਾਰ ਦੀ। ਡੈਫੀਨੇਟਲੀ ਇਹਦੇ ਨਾਲ ਸਭ ਤੋਂ ਪਹਿਲੀ ਗੱਲ ਇਹ ਹੈ ਕਿ 5 ਲੱਖ ਪਰਿਵਾਰ ਨੇ ਜਿਹੜੇ ਉਹ ਬੇਰੁਜ਼ਗਾਰ ਹੋ ਜਾਣਗੇ, ਉਹਨਾਂ 'ਤੇ ਰੋਜ਼ੀ ਰੋਟੀ ਦਾ ਸੰਕਟ ਆਏਗਾ। ਪੰਜਾਬ ਦਾ 380 ਕਰੋੜ ਦਾ ਸਰਮਾਇਆ ਜਿਹੜਾ, ਉਹ ਗਿਣਤੀ ਦੇ 4 ਜਾਂ 5 ਪਰਿਵਾਰ ਨੇ ਜਿਹੜੇ ਕਾਰਪੋਰੇਟ ਘਰਾਣੇ, ਕਿਸੇ ਦਾ ਹੈੱਡਕੁਆਰਟਰ ਗਾਂਧੀ ਨਗਰ ਹੈ, ਕਿਸੇ ਦਾ ਗੁਜਰਾਤ ਅਹਿਮਦਾਬਾਦ ਹੈ, ਕਿਸੇ ਦਾ ਪੂਨੇ ਹੈ, ਉਹ ਇਹ ਪੰਜਾਬ ਦਾ ਸਾਰਾ ਸਰਮਾਇਆ ਉੱਥੇ ਚਲਾ ਜਾਏਗਾ, ਔਰ ਪੰਜਾਬ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਸੈਂਟਰ ਗੌਰਮੈਂਟ ਵੱਲੋਂ ਅਤੇ ਸਟੇਟ ਗੌਰਮੈਂਟ ਵੱਲੋਂ ਮਿਲੀ ਭੁਗਤ ਦੇ ਨਾਲ ਵੇਚਿਆ ਜਾ ਰਿਹਾ। ਜੀ, ਆਮ ਲੋਕਾਂ ਨੂੰ ਵੀ ਸੰਪਰਕ ਕਰ ਰਹੇ ਹੋ ਕਿ ਇਸ ਪਾਈਪਲਾਈਨ ਦੇ ਨਾਲ ਨਾ ਜੁੜੇ ਜਾਵੇ? ਡੈਫੀਨੇਟਲੀ ਜੀ, ਆਮ ਲੋਕਾਂ ਦੇ ਵਿੱਚੋਂ ਸਭ ਤੋਂ ਵੱਡੀ ਗੱਲ ਤਾਂ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਕਿਸਾਨ ਸੰਘਰਸ਼ ਸਮਿਤੀ ਵੱਲੋਂ, ਕਿਸਾਨ ਸੰਯੁਕਤ ਮੋਰਚੇ ਵੱਲੋਂ ਸਾਡੀ ਇਸ ਮੰਗ ਨੂੰ, ਸਾਡੇ ਇਸ ਮੁੱਦੇ ਨੂੰ ਸ਼ਾਮਿਲ ਕਰ ਲਿਆ ਗਿਆ, ਅਤੇ ਕਿਸਾਨ ਸੰਘਰਸ਼ ਮੋਰਚਾ ਜਿਹੜਾ ਉਹਦੇ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਵਿਰੋਧ ਹਿੱਤ ਸਾਡੇ ਹਮੇਸ਼ਾ ਸਾਡਾ ਸਾਥ ਦਿੱਤਾ ਜਾਂਦਾ, ਉਹਨਾਂ ਦੇ ਲੋਕ ਜਿੱਥੇ ਵੀ ਅਸੀਂ ਜਾਂਦੇ ਹਾਂ ਉਹ ਸਾਡਾ ਸਾਥ ਦਿੰਦੇ ਆ। ਇਹ ਤੋਂ ਇਲਾਵਾ ਇੰਡੀਅਨ ਵੈਟਰਨ ਔਰਗੇਨਾਈਜੇਸ਼ਨ ਜਿਹੜੀ ਹਿੰਦੁਸਤਾਨ ਦੇ ਸਾਬਕਾ ਫੌਜੀਆਂ ਦੀ ਮਾਣਮੱਤੀ ਜਥੇਬੰਦੀ ਹੈ, ਉਹ ਅਤੇ ਸਮਾਜ ਦੀਆਂ ਹੋਰ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਸਾਰੀਆਂ ਨੇ ਸਾਨੂੰ ਸਾਥ ਦਿੱਤਾ, ਅਤੇ ਸਾਰੇ ਪੰਜਾਬ ਦੇ ਲੋਕ ਨੇ ਜਿਹੜੇ ਪੰਜਾਬ ਦੇ ਸੈਂਟੀਮੈਂਟ ਕਾਰਪੋਰੇਟ ਘਰਾਣਿਆਂ ਦੇ ਖਿਲਾਫ਼ ਇੱਕਜੁੱਟ ਨੇ, ਅਤੇ ਉਹ ਸਾਡੇ ਨਾਲ ਖੜ੍ਹੇ ਨੇ। ਕੀ ਮੰਗ ਕਰਦੇ ਹੋ? ਇੱਕੋ ਇੱਕ ਮੰਗ ਹੈ ਜੀ, ਪੰਜਾਬ ਦੇ ਵਿੱਚੋਂ ਕਾਰਪੋਰੇਟ ਘਰਾਣਿਆਂ ਨੂੰ ਮੂੰਹ ਨਾ ਲਾਇਆ ਜਾਵੇ। ਆਮ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਜਿੱਥੇ ਕਿਤੇ ਵੀ ਉਹ ਲੋਕ ਨੁਮਾਇੰਦੇ ਉਹਨਾਂ ਕੋਲ ਆਉਂਦੇ ਆ, ਉਹਨਾਂ ਨੂੰ ਇਹ ਸਵਾਲ ਪੁੱਛਣ ਕਿ ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਬੈਠਾ, ਇਹ ਅੰਦਰ ਖਾਤੇ ਇਹਨਾਂ ਨੂੰ ਪਾਈਪਲਾਈਨਾਂ ਪਾਉਣ ਦੀ ਪ੍ਰਵਾਨਗੀ ਕੌਣ ਦੇ ਰਿਹਾ?